ਕਾਦੀ ਮੈਂ ਹਾਂ ਤੁਹਾਡਾ ਆਪਣਾ ਬਲਵਿੰਦਰ ਹਾਲੀ ਅਤੇ ਤੁਸੀਂ ਦੇਖ ਰਹੇ ਹੋ ਪੰਜਾਬ ਡੇਰੀ ਜਿਹੜਾ ਬਜਟ ਪੇਸ਼ ਕੀਤਾ ਮੋਦੀ ਸਰਕਾਰ ਨੇ ਕੱਲ ਇਸ ਨੂੰ ਖਾਸ ਕਰਕੇ ਪੰਜਾਬ ਲਈ ਕੋਸ਼ਿਆ ਜਾ ਰਿਹਾ ਨਾਲ ਨਾਲ ਰੋਸਿਆ ਜਾ ਰਿਹਾ ਤੇ ਕਿਹਾ ਜਾ ਰਿਹਾ ਕਿ ਪੰਜਾਬ ਦੇ ਕਿਸਾਨਾਂ ਨੂੰ ਰਾਹਤ ਦੇਣ ਦੀ ਥਾ ਮੋਦੀ ਸਰਕਾਰ ਨੇ ਖਾਸਾ ਬੋਝ ਪਾ ਦਿੱਤਾ ਪਰ ਬੀਜੇਪੀ ਵਾਲੇ ਤੇ ਬਾਦਲ ਇਹ ਗੱਲ ਕਹਿ ਰਹੇ ਨੇ ਕਿ ਇਹ ਬਜਟ ਪੰਜਾਬ ਵਾਸਤੇ ਖਾਸਾ ਰਾਹਤ ਵਾਲਾ ਹੋਵੇਗਾ ਚਰਨਜੀਤ ਭੁੱਲਰ ਲਿਖਦਾ ਹੈ ਕਿ ਕੇਂਦਰੀ ਬਜਟ ਚ ਤੇਲ ਟੈਕਸਾਂ ਚ ਵਾਧੇ ਨਾਲ ਪੰਜਾਬ ਦੇ ਲੋਕਾਂ ਉੱਤੇ 1054 ਕਰੋੜ ਦਾ ਸਾਲਾਨਾ ਬੋਝ ਪੈਣਾ ਹੈ ਜਿਸ ਨਾਲ ਕਿਸਾਨੀ ਦੇ ਲਾਗਤ ਖਰਚੇ ਹੋਰ ਵਧਣਗੇ ਕਿਸਾਨ ਤਾਂ ਪਹਿਲਾਂ ਹੀ ਵੱਡੀ ਮਾਰ ਰੇਠ ਹਨ ਕਰਜ਼ਿਆਂ ਦਾ ਬਾਲਵਾਲ ਵਿੰਨਿਆ ਪਿਆ ਤੇ ਕਿਸਾਨ ਖੁਦਕਸ਼ੀਆਂ ਕਰਨ ਲੱਗੇ ਹੋਏ ਨੇ ਔਰ ਇਧਰੋਂ 1054 ਕਰੋੜ ਦਾ ਸਾਲਾਨਾ ਬੋਝ ਬਹੁਤ ਭਾਰੀ ਹੋਵੇਗਾ ਕੇਂਦਰੀ ਬਜਟ ਵਿੱਚ ਡੀਜ਼ਲ ਤੇ ਪੈਟਰੋਲ ਤੇ ਐਕਸਾਈਜ਼ ਡਿਊਟੀ ਤੇ ਰੋਡ ਐਂਡ ਇਨਫਰਾਸਟ੍ਰਕਚਰ ਸੈਸ ਦਾ 2 ਰੁਪਏ ਪ੍ਰਤੀ ਲੀਟਰ ਵਾਧਾ ਕੀਤਾ ਗਿਆ ਹੈ। ਪੰਜਾਬ 'ਚ ਪਹਿਲਾਂ ਹੀ ਤੇਲ ਪੰਪ ਖੁਸ਼ਕ ਚੱਲ ਰਹੇ ਨੇ। ਹੁਣ ਇਸ ਵਾਧੇ ਮਗਰੋਂ ਸਰਦੀ ਖੇਤਰ ਦੇ ਤੇਲ ਪੰਪਾਂ ਦੀ ਵਿਕਰੀ ਨੂੰ ਹੋਰ ਛੱਟ ਬਜੇਗੀ। ਪੰਜਾਬ ਦੇ ਖੇਤੀ ਸੈਕਟਰ ਤੇ ਟਰਾਂਸਪੋਰਟ ਸੈਕਟਰ 'ਚ ਹੀ ਡੀਜ਼ਲ ਦੀ ਮੁੱਖ ਖਪਤ ਹੁੰਦੀ ਹੈ। ਵੇਰਵਿਆਂ ਅਨੁਸਾਰ ਪੰਜਾਬ ਵਿੱਚ 3265 ਤੇਲ ਪੰਪ ਹਨ ਜਿਨ੍ਹਾਂ ਉੱਤੇ ਸਾਲਾਨਾ 420.32 ਕਰੋੜ ਲੀਟਰ ਡੀਜ਼ਲ ਤੇ 105.92 ਕਰੋੜ ਲੀਟਰ ਪੈਟਰੋਲ ਦੀ ਸਾਲਾਨਾ ਵਿਕਰੀ ਹੁੰਦੀ ਹੈ ਜਿਸ ਦਾ ਮਤਲਬ ਹੈ 2 ਰੁਪਏ ਦੇ ਵਾਧੇ ਨਾਲ ਪੰਜਾਬ ਦੇ ਲੋਕਾਂ ਉੱਤੇ 1054 ਕਰੋੜ ਰੁਪਏ ਦਾ ਸਾਲਾਨਾ ਭਾਰ ਪੈ ਜਾਣਾ ਹੈ ਆਸਟਨ ਦੇਖੀਏ ਤਾਂ ਪੰਜਾਬ ਦੇ ਤੇਲ ਪੰਪਾਂ ਉੱਤੇ ਰੋਜ਼ਾਨਾ 1.15 ਕਰੋੜ ਲੀਟਰ ਡੀਜ਼ਲ ਦੀ ਵਿਕਰੀ ਹੁੰਦੀ ਹੈ ਪੰਜਾਬ ਡੈਰੀ ਹੁਣ ਫੇਸਬੁੱਕ ਤੇ ਵੀ ਜਿੱਥੇ ਜੁੜੇ ਨੇ ਸਾਡੇ ਨਾਲ ਪੰਜਾਬ ਦੇ ਕਈ ਸੀਨੀਅਰ ਪੱਤਰਕਾਰ ਤੁਸੀਂ ਵੀ ਸਾਡੇ ਗਰੁੱਪ ਵਿੱਚ ਸ਼ਾਮਲ ਹੋ ਸਕਦੇ ਹੋ ਤੇ ਆਪਣੇ ਦਿਲ ਦੀਆਂ ਗੱਲਾਂ ਦੁਨੀਆ ਦੇ ਲੋਕਾਂ ਨਾਲ ਸਾਂਝੀਆਂ ਕਰ ਸਕਦੇ ਹੋ ਬਸ ਸਰਚ ਕਰੋ ਪੰਜਾਬ ਡੇਲੀ ਨਿਊਜ਼ ਤੇ ਗਰੁੱਪ ਵਿੱਚ ਸ਼ਾਮਲ ਹੋ ਜਾਓ ਤੇ ਹੁਣ ਗੱਲ ਕਰਦੇ ਆਂ ਪੰਜਾਬ ਦੇ ਖਿਡਾਰੀਆਂ ਦੀ ਇੱਕ ਰਿਪੋਰਟ ਹੈ ਦੁਆਬੇ ਤੋਂ ਕੈਪਟਨ ਸਰਕਾਰ ਵੱਲੋਂ ਪੰਜਾਬ ਦੇ ਬਜ਼ੁਰਗ ਖਿਡਾਰੀਆਂ ਦੀ ਪੈਨਸ਼ਨ ਬੰਦ ਕਰ ਦਿੱਤੀ ਗਈ ਹੈ ਕਮਾਂਤਰੀ ਖੇਡ ਮੁਕਾਬਲਿਆਂ 'ਚ ਮੈਡਲ ਜਿੱਤ ਕੇ ਦੇਸ਼ ਦਾ ਨਾਮ ਉੱਚਾ ਕਰਦੇ ਰਹੇ ਬਜ਼ੁਰਗ ਖਿਡਾਰੀਆਂ ਦੀ ਪੈਨਸ਼ਨ 3 ਗੁਣਾ ਕਰਨ ਦੇ ਵਾਅਦੇ ਨੂੰ ਪਵਾਉਣ ਦੀ ਥਾਂ ਕੈਪਟਨ ਸਰਕਾਰ ਨੇ ਉਹਨਾਂ ਨੂੰ ਪਹਿਲਾਂ ਮਿਲਦੀ ਪੈਨਸ਼ਨ ਵੀ ਖੋਹ ਲਈ ਹੈ ਪੰਜਾਬ ਚ 125 ਦੇ ਕਰੀਬ ਜੇ ਇਹ ਖਿਡਾਰੀ ਹਨ ਜਿਨ੍ਹਾਂ ਨੇ 올림픽, ਏਸ਼ੀਆਈ ਤੇ ਕਾਮਨਵੈਲਥ ਖੇਡਾਂ ਸਮੇਤ ਹੋਰ ਕਮਾਂਤਰੀ ਮੁਕਾਬਲਿਆਂ ਚ ਦੇਸ਼ ਲਈ ਮੈਡਲ ਜਿੱਤੇ ਸਨ ਪਰ ਹੁਣ ਸਰਕਾਰ ਨੇ ਇਹਨਾਂ ਖਿਡਾਰੀਆਂ ਦਾ ਮਾਣ ਹੋਰ ਵਧਾਉਣ ਦੀ ਥਾਂ ਨਗੋਣੀ ਮਿਲਦੀ ਪੈਨਸ਼ਨ ਵੀ ਬੰਦ ਕਰ ਦਿੱਤੀ ਹੈ ਇਹਨਾਂ 125 ਬਜ਼ੁਰਗ ਖਿਡਾਰੀਆਂ ਚ 31 ਖਿਡਾਰੀਆਂ ਨੇ ਇਕੱਠਿਆਂ ਹੋ ਕੇ ਮੁੱਖ ਮੰਤਰੀ ਕਪਤਨ ਅਮਰਿੰਦਰ ਸਿੰਘ ਨੂੰ ਅਪੀਲ ਕੀਤੀ ਹੈ ਕਿ ਉਹਨਾਂ ਨਾਲ ਸੂਬਾ ਸਰਕਾਰ ਨੇ ਜਿਹੜਾ 3 ਗੁਣਾ ਪੈਨਸ਼ਨ ਵਧਾਉਣ ਦਾ ਵਾਅਦਾ ਕੀਤਾ ਸੀ ਉਸ ਨੂੰ ਪੂਰਾ ਕੀਤਾ ਜਾਏ ਨਾ ਕਿ ਪਹਿਲਾਂ ਮਿਲਦੀ ਪੈਨਸ਼ਨ ਬੰਦ ਕੀਤੀ ਜਾਏ ਸਰਕਾਰ ਦੀ ਨਵੀਂ ਪੈਨਸ਼ਨ ਨੀਤੀ ਅਨੁਸਾਰ ਜਿਹੜੇ ਖਿਡਾਰੀ ਵੱਖ-ਵੱਖ ਵਿਭਾਗਾਂ 'ਚ ਕੰਮ ਕਰਦੇ ਰਹੇ ਜੇ ਉਹਨਾਂ ਨੂੰ ਉੱਥੋਂ ਸਾਲਾਨਾ 6 ਲੱਖ ਤੋਂ ਵੱਧ ਪੈਨਸ਼ਨ ਮਿਲਦੀ ਹੈ ਤਾਂ ਉਹਨਾਂ ਨੂੰ ਖਿਡਾਰੀ ਕੋਟੇ 'ਚੋਂ ਪੈਨਸ਼ਨ ਨਹੀਂ ਮਿਲੇਗੀ ਇਹਨਾਂ ਬਜ਼ੁਰਗ ਖਿਡਾਰੀਆਂ ਨੇ ਪੰਜਾਬ სპੋਰਟਸ ਸੁਪਰਸਟਾਰ ਐਸੋਸੀਏਸ਼ਨ ਆਂ ਦੀ ਜਥੇਬੰਦੀ ਬਣਾ ਕੇ ਸਰਕਾਰ ਨਾਲ ਟੱਕਰ ਲੈਣ ਦਾ ਵੀ ਫੈਸਲਾ ਕੀਤਾ ਹੈ ਐਸ ਜਥੇਬੰਦੀ ਦਾ ਪ੍ਰਧਾਨ ਬਰਗੇਡੀਅਰ ਹਰਚਰਨ ਸਿੰਘ ਨੂੰ ਬਣਾਇਆ ਗਿਆ ਇਸ ਮੌਕੇ ਬਜ਼ੁਰਗ ਖਿਡਾਰੀਆਂ ਨੇ ਕਿਹਾ ਕਿ ਉਹਨਾਂ ਨੂੰ ਪੈਨਸ਼ਨ ਬੰਦ ਕਰਨ ਦੇ ਨੋਟਿਸ ਆ ਗਏ ਨੇ ਬਾਸਕਟਬਾਲ ਦੇ ਨਾਮਵਰ ਖਿਡਾਰੀ ਰਹੇ ਸੱਜਣ ਸਿੰਘ ਚੀਮਾ ਨੇ ਦੱਸਿਆ ਕਿ ਮਾਰਚ 2018 ਵਿੱਚ ਉਹਨਾਂ ਨੂੰ ਆਖਰੀ ਪੈਨਸ਼ਨ ਮਿਲੀ ਸੀ ਉਹਨਾਂ ਇਹ ਵੀ ਕਿਹਾ ਕਿ ਉਹਨਾਂ ਨੂੰ ਸਿਰਫ ਮਹੀਨੇ ਦੀ 600 ਰੁਪਏ ਪੈਨਸ਼ਨ ਮਿਲਦੀ ਹੈ ਸਰਕਾਰ ਨੇ ਉਹ ਵੀ ਬੰਦ ਕਰ ਦਿੱਤੀ ਕਹਤੇ ਰਹੇ ਕਿ ਸੱਜਣ ਸਿੰਘ ਜੀ ਮਾ ਪਹਿਲਾਂ ਪੰਜਾਬ ਪੁਲਿਸ ਵਿੱਚ ਐਸਪੀ ਰਹੇ ਬਾਅਦ ਵਿੱਚ ਆਮ ਆਦਮੀ ਪਾਰਟੀ ਦੇ ਵੱਲੋਂ ਉਹਨਾਂ ਨੇ ਹਲਕਾ ਵਿਧਾਇਕ ਵਜੋਂ ਵੀ ਚੋਣ ਲੜੀ ਸੀ ਹਾਕੀ ਵਿੱਚ ਸੁਨਹਿਰੀ ਬਾਤ ਲਿਖਣ ਵਾਲੀ ਤੇ ਗੋਲਡਨ ਗਰਲ ਦੇ ਨਾਂ ਨਾਲ ਜਾਣੀ ਜਾਣ ਵਾਲੀ ਰਾਜਪੀਰ ਕੌਰ ਦਾ ਕਹਿਣਾ ਕਿ ਪੰਜਾਬ ਦੇ ਗਵਾਂਢੀ ਸੂਬੇ ਹਰਿਆਣਾ ਤੇ ਉੱਤਰ ਪ੍ਰਦੇਸ਼ ਚ ਬਜ਼ੁਰਗ ਖਿਡਾਰੀਆਂ ਦੀ ਪੈਨਸ਼ਨ ਵਧਾ ਕੇ 20000 ਰੁਪਏ ਪ੍ਰਤੀ ਮਹੀਨਾ ਕਰ ਦਿੱਤੀ ਗਈ ਹੈ ਪਰ ਪੰਜਾਬ ਸਰਕਾਰ ਨੇ ਮੇਲ ਦੀ ਪੈਨਸ਼ਨ ਵੀ ਖੋ ਲਈ ਹੈ 올ੰਪੀਅਨ ਸ੍ਰਿੰਦਰ ਸਿੰਘ ਸੋਢੀ ਜਿਹੜੇ ਕਿ ਆਈਜੀ ਰਿਟਾਇਰ ਹੋਏ ਹਨ ਕਿਹਾ ਕਿ ਸੂਬੇ ਦੇ 12500 ਪਿੰਡ ਹੈ ਜਦਕਿ ਬਜ਼ੁਰਗ ਖਿਡਾਰੀਆਂ ਦੀ ਗਿਣਤੀ 125 ਹੈ ਐਸਾ ਅਨੁਸਾਰ 100 ਪਿੰਡਾਂ ਪਿੱਛੇ ਆਉਂਦੇ ਇੱਕ ਖਿਡਾਰੀ ਨੂੰ ਵੀ ਸਰਕਾਰ ਜੇ ਮਾਨ ਵਜੋਂ ਪੈਨਸ਼ਨ ਨਹੀਂ ਦੇ ਸਕਦੀ ਤਾਂ ਇਸ ਦਾ ਆਉਣ ਵਾਲੀ ਨਵੀਂ ਪੀੜ੍ਹੀ ਦੇ ਖਿਡਾਰੀਆਂ ਤੇ ਡਾਢਾ ਅਸਰ ਪਵੇਗਾ ਬਜ਼ੁਰਗ ਖਿਡਾਰੀਆਂ ਨੇ ਕਿਹਾ ਕਿ ਸੂਬਾ ਸਰਕਾਰ ਤਿੰਨ ਦਿਨ ਖੇਡ ਸੂਬਾ ਸਰਕਾਰ ਵਿੱਚ ਤਿੰਨ ਖੇਡ ਮੰਤਰੀ ਰਹੇ ਜਿਹੜੇ ਖਿਡਾਰੀ ਰਹੇ ਹਨ ਵਿੱਚ ਨਵਜੋਤ ਸਿੰਘ ਸਿੱਧੂ ਹੈ ਰਾਣਾ ਸੋਢੀ ਤੇ ਮਨਪੀਤ ਬਾਦਲ ਸ਼ਾਮਲ ਨੇ ਇਸ ਦੇ ਬਾਵਜੂਦ ਵੀ ਖਿਡਾਰੀਆਂ ਦੀ ਗੱਲ ਨਹੀਂ ਸੁਣੀ ਜਾ ਰਹੀ ਉਹਨਾਂ ਕਿਹਾ ਕਿ 올ੰਪੀਅਨ ਪ੍ਰਗਟ ਸਿੰਘ ਵ代ਕ ਹਨ ਉਹਨਾਂ ਨੇ ਵੀ ਹਾਲੇ ਤੱਕ ਹਾ ਦਾ ਨਾਰਾ ਨਹੀਂ ਮਾਰਿਆ ਅਗਰ ਸਾਡਾ ਇਹ ਚੈਨਲ ਤੁਸੀਂ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਹੈ ਤਾਂ ਇਸ ਨੂੰ ਤੁਰੰਤ ਸਕਰੀਨ ਦੇ ਦਿਖਾਏ ਅਨੁਸਾਰ ਸਬਸਕ੍ਰਾਈਬ ਕਰ ਲੋ ਅਤੇ ਘੰਟੀ ਦੇ ਨਿਸ਼ਾਨ ਨੂੰ ਵੀ ਦਬਾ ਦਿਓ ਤਾਂ ਕਿ ਜਦੋਂ ਵੀ ਅਸੀਂ ਕੋਈ ਵੀਡੀਓ ਅਪਲੋਡ ਕਰੀਏ ਤਾਂ ਤੁਹਾਨੂੰ ਪਤਾ ਲੱਗ ਸਕੇ